ਸਰ ਜਦੋਂ ਤੁਹਾਨੂੰ ਅਵਾਰਡ ਮਿਲਿਆ ਸੀ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ? ਬਹੁਤ ਅੱਛਾ ਮਹਿਸੂਸ ਹੋ ਰਿਹਾ ਸੀ, ਇੰਨਾ ਅੱਛਾ ਮਹਿਸੂਸ ਹੋ ਰਿਹਾ ਸੀ ਕਿ ਮਿਹਨਤ ਜਿਹੜੀ ਸੀ ਉਹ ਸਦਕਾ ਲੈ ਕੇ ਆਈ ਔਰ ਮੈਂ ਬਿਲਕੁਲ 3 ਸਾਲ ਦੇ ਵਿੱਚ ਪੂਰੇ ਇਹ ਡਿਗਰੀ ਲੈ ਲਈ ਸੀ, ਪੀ ਐੱਚ ਡੀ ਦੀ ਵੀ। ਬਹੁਤ ਵੱਡੀ ਗੱਲ ਹੁੰਦੀ ਹੈ ਕਿ 3 ਸਾਲਾਂ ਦੇ ਵਿੱਚ ਪੀ ਐੱਚ ਡੀ ਦੀ ਡਿਗਰੀ ਅਚੀਵ ਕਰਨੀ। ਬਹੁਤ ਵੱਡੀ ਗੱਲ ਸੀ ਇਹ, ਔਰ ਬਹੁਤ ਘੱਟ ਬੱਚੇ ਜਿਹੜੇ 6-6, 7-7 ਸਾਲ, 8-8 ਸਾਲ ਵੀ ਲਾ ਦਿੰਦੇ ਪੀ ਐੱਚ ਡੀ ਕਰਨ ਵਾਸਤੇ, ਲੇਕਿਨ ਮੇਰੇ ਗਾਈਡ ਵੀ ਬਹੁਤ ਅੱਛੇ ਸੀ ਔਰ ਖੁਦ ਮੈਂ ਮਿਹਨਤ ਬੜੀ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਮੈਨੂੰ 1985 'ਚ ਮੈਂ ਡਿਗਰੀ ਵੀ ਲੈ ਲਈ। ਇਸ ਕਰਕੇ ਮੇਰੇ ਮਨ 'ਚ ਭਾਵਨਾ ਸੀ ਅਤੇ ਅੱਜ ਵੀ ਜਿਸਨੇ ਵੀ ਬੱਚੇ ਪੜ੍ਹ ਕੇ ਗਏ ਆ ਬੜੀ ਬੜੀ ਅੱਛੀਆਂ ਅੱਛੀਆਂ ਪੋਸਟਾਂ 'ਤੇ ਲੱਗੇ ਹੋਏ ਆ ਔਰ ਅੱਜ ਵੀ ਉਹ ਬੱਚੇ ਯਾਦ ਕਰਦੇ ਆ, ਕਿਉਂਕਿ ਬੱਚਿਆਂ ਨੂੰ ਇੱਕ ਮਿੱਤਰਤਾ ਦੇ ਨਾਤੇ, ਇੱਕ ਬਾਪ ਬੇਟੇ ਦੇ ਨਾਤੇ ਉਹਨਾਂ ਨੂੰ ਸਾਰੀ ਇਹ ਸ਼ਿਕਸ਼ਾ ਦਿੱਤੀ। ਅਤੇ ਅਸੀਂ ਵੀ ਚਾਹਵਾਂਗੇ ਕਿ ਸਾਨੂੰ ਤੁਹਾਡੇ ਤੋਂ ਕੁਝ ਸਿੱਖਣ ਨੂੰ ਮਿਲੇ। ਬਸ ਮੇਰਾ ਇਹੀ ਸੰਦੇਸ਼ ਹੈ ਸਭ ਨੂੰ ਵੀ, ਤੁਹਾਨੂੰ ਵੀ, ਵੀ ਆਪਣੇ ਜੀਵਨ ਦੇ ਵਿੱਚ ਜਿੰਨੇ ਚਿਰ ਪ੍ਰਭੂ ਨੇ ਜੀਵਨ ਦਿੱਤਾ, ਜਿੰਨੇ ਤੱਕ ਤੁਸੀਂ ਕੰਮ ਕਰ ਸਕਦੇ ਹੋ, ਕਦੀ ਹਾਰ ਨਹੀਂ ਮੰਨਣੀ। ਸਿਟੀ ਹੋਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਏਕਤਾ ਸਿੰਗਲਾ। ਜਿਵੇਂ ਕਿ ਸਾਡੇ ਚੈਨਲ ਦਾ ਇੱਕ ਮੋਟਿਵ ਰਿਹਾ ਸ਼ੁਰੂ ਤੋਂ ਹੀ, ਜਿਵੇਂ ਕਿ ਅਸੀਂ ਇਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ, ਜਿਨ੍ਹਾਂ ਤੋਂ ਤੁਸੀਂ ਇੰਸਪਾਇਰ ਹੋਵੋ, ਤੁਹਾਨੂੰ ਇੰਸਪੀਰੇਸ਼ਨ ਮਿਲੇ, ਮੋਟੀਵੇਟ ਹੋਵੋ। ਅੱਜ ਵੀ ਸਾਡੇ ਨਾਲ ਉਵੇਂ ਦੇ ਹੀ ਇੱਕ ਪਰਸਨੈਲਿਟੀ ਮੌਜੂਦ ਹੈ, ਜਿਨ੍ਹਾਂ ਦਾ ਨਾਮ ਹੈ ਡਾਕਟਰ ਮੋਹਨ ਲਾਲ ਪਾਠਕ, ਅਤੇ ਉਹਨਾਂ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਵਾਂਗੇ। ਸਰ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਆਪਕਾ ਵੀ ਬਹੁਤ ਬਹੁਤ ਸਵਾਗਤ। ਇਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਸਟੇਟ ਅਵਾਰਡ ਮਿਲਿਆ ਫੋਰ ਟੀਚਰਸ ਲਈ, ਐਂਡ ਦੈਨ ਇਹਨਾਂ ਨੂੰ ਇੱਕ ਨੈਸ਼ਨਲ ਅਵਾਰਡ ਵੀ ਮਿਲਿਆ ਡਾਕਟਰ ਏ ਪੀ ਜੇ ਅਬਦੁਲ ਕਲਾਮ ਤੋਂ 2001 ਦੇ ਵਿੱਚ ਨੈਸ਼ਨਲ ਅਵਾਰਡ ਫੋਰ ਟੀਚਰਸ ਦੇ ਲਈ। ਅਤੇ ਸਭ ਤੋਂ ਪਹਿਲਾਂ ਤਾਂ ਸਰ ਤੁਹਾਨੂੰ ਅਵਾਰਡ ਲਈ ਬਹੁਤ ਬਹੁਤ ਕੰਗਰੈਚੁਲੇਸ਼ਨ। ਧੰਨਵਾਦ ਜੀ, ਆਪਕਾ ਬਹੁਤ ਬਹੁਤ ਧੰਨਵਾਦ। ਅਤੇ ਸਰ, ਜਦੋਂ ਤੁਹਾਨੂੰ ਅਵਾਰਡ ਮਿਲਿਆ ਸੀ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ? ਬਹੁਤ ਅੱਛਾ ਮਹਿਸੂਸ ਹੋ ਰਿਹਾ ਸੀ, ਇੰਨਾ ਅੱਛਾ ਮਹਿਸੂਸ ਹੋ ਰਿਹਾ ਸੀ ਕਿ ਮਿਹਨਤ ਜਿਹੜੀ ਸੀ ਉਹ ਸਦਕਾ ਲੈ ਕੇ ਆਈ, ਉਸ ਮਿਹਨਤ ਦੇ ਸਦਕੇ ਦੇ ਉੱਪਰ ਵੀ ਪਰਮਾਤਮਾ ਨੇ, ਵਾਹਿਗੁਰੂ ਨੇ ਮਿਹਰ ਕੀਤੀ ਅਤੇ ਇਸ ਅਵਾਰਡ ਨਾਲ ਔਨਰ ਕੀਤਾ ਗਿਆ। ਸਰ, ਤੁਹਾਡਾ ਕਿੰਨੇ ਸਾਲ ਦਾ ਟੀਚਿੰਗ ਦਾ ਕਰੀਅਰ ਰਿਹਾ? ਮੇਰਾ 39 ਸਾਲ ਲਗਭਗ ਟੀਚਰ ਕੈਰੀਅਰ ਹੈਗਾ। ਇਸ ਕਰੀਅਰ ਦੇ ਵਿੱਚ ਬਹੁਤ ਜ਼ਿਆਦਾ ਅਪ ਐਂਡ ਡਾਊਨ ਵੀ ਆਏ ਹੋਣਗੇ, ਬਹੁਤ ਜ਼ਿਆਦਾ ਉਤਾਰ ਚੜਾਅ ਵੀ ਦੇਖਣ ਨੂੰ ਮਿਲੇ ਹੋਣਗੇ। ਮਿਲੇ ਹੈ ਜ਼ਿੰਦਗੀ ਦੇ ਵਿੱਚ, ਮਿਲੇ ਹੈ। ਜਦੋਂ ਮੈਂ ਇੱਥੇ ਲੁਧਿਆਣੇ 'ਚ ਐਸ ਸੀ ਐਨ ਜੈਨ ਸੀਨੀਅਰ ਸੈਕੰਡਰੀ ਸਕੂਲ ਮੈਂ ਜੁਆਇਨ ਕੀਤਾ 8-9-1976 ਨੂੰ, ਅਤੇ ਮੈਂ ਉਦੋਂ, ਤੁਸੀਂ ਇਹ ਦੇਖੋ, ਪ੍ਰਭਾਕਰ ਰੋਟੀ ਦਾ ਟੀਚਰ ਸੀ, ਇੱਕ ਸਿੰਪਲ ਟੀਚਰ ਸੀ। ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ, ਫਿਰ ਐੱਮ ਏ ਕੰਪਲੀਟ ਕੀਤੀ, ਫਿਰ ਬੀ ਐੱਡ ਕੀਤੀ, ਫਿਰ ਪੀ ਐੱਚ ਡੀ ਕੀਤੀ ਪੰਜਾਬ ਯੂਨੀਵਰਸਿਟੀ ਤੋਂ। ਔਰ ਮੈਂ ਪੰਜਾਬ ਯੂਨੀਵਰਸਿਟੀ ਦਾ ਐਸਾ ਸਟੂਡੈਂਟ ਸੀ ਅਤੇ ਮੇਰੇ ਡਾਕਟਰ ਲਕਸ਼ਮੀ ਨਾਰਾਇਣ ਗਾਈਡ ਸੀਗੇ ਔਰ ਮੈਂ ਬਿਲਕੁਲ 3 ਸਾਲ ਦੇ ਵਿੱਚ ਪੂਰੇ ਇਹ ਡਿਗਰੀ ਲੈ ਲਈ ਸੀ, ਪੀ ਐੱਚ ਡੀ ਦੀ ਵੀ। ਬਹੁਤ ਵੱਡੀ ਗੱਲ ਹੁੰਦੀ ਹੈ ਕਿ 3 ਸਾਲਾਂ ਦੇ ਵਿੱਚ ਪੀ ਐੱਚ ਡੀ ਦੀ ਡਿਗਰੀ ਅਚੀਵ ਕਰਨੀ। ਬਹੁਤ ਵੱਡੀ ਗੱਲ ਸੀ ਇਹ, ਔਰ ਬਹੁਤ ਘੱਟ ਬੱਚੇ ਜਿਹੜੇ 6-6, 7-7 ਸਾਲ, 8-8 ਸਾਲ ਵੀ ਲਾ ਦਿੰਦੇ ਪੀ ਐੱਚ ਡੀ ਕਰਨ ਵਾਸਤੇ, ਲੇਕਿਨ ਮੇਰੇ ਗਾਈਡ ਵੀ ਬਹੁਤ ਅੱਛੇ ਸੀ ਔਰ ਖੁਦ ਮੈਂ ਮਿਹਨਤ ਬੜੀ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਮੈਨੂੰ 1985 'ਚ ਮੈਂ ਡਿਗਰੀ ਵੀ ਲੈ ਲਈ। ਟੀਚਰ ਬਣਨ ਦੀ ਇੰਸਪੀਰੇਸ਼ਨ ਕਿੱਥੋਂ ਮਿਲੀ? ਟੀਚਰ ਦਾ ਮਨ ਦੇ ਵਿੱਚ ਵੈਸੇ ਹੀ ਖਿਆਲ ਆਇਆ ਸੀ ਕਿ ਮੈਂ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ, ਬੱਚਿਆਂ ਨੂੰ ਲਾਇਕ ਬਣਾ ਸਕਾਂ, ਕਿਉਂਕਿ ਕਰੈਕਟਰ ਬਿਲਡਿੰਗ ਇਜ਼ ਦਾ ਏਮ ਆਫ ਐਜੂਕੇਸ਼ਨ। ਅਤੇ ਮੈਂ ਕਹਿੰਦਾ ਜੀ, ਬੱਚਿਆਂ ਦਾ ਐਸੀ ਉਹਨਾਂ ਨੂੰ ਪ੍ਰੇਰਨਾ ਦੇਵਾਂ ਤਾਂ ਕਿ ਉਹ ਆਪਣਾ ਅੱਛਾ ਕਰੈਕਟਰ ਬਣਾ ਸਕਣ, ਅੱਛੇ ਅਨੁਸ਼ਾਸਨ 'ਚ ਰਹਿ ਸਕਣ, ਆਪਣਾ ਜੀਵਨ ਅੱਛਾ ਬਣਾ ਸਕਣ, ਕਿਉਂਕਿ ਟੀਚਰ ਜਿਹੜਾ ਵੈ ਉਹ ਹਮੇਸ਼ਾ ਹੀ ਬੱਚਿਆਂ ਨੂੰ ਅੱਛਾ ਮਾਰਗ ਦਿਖਾਉਂਦਾ ਔਰ ਅੱਛੇ ਮਾਰਗ ਦਿਖਾਉਣ ਦੇ ਨਾਲ ਉਹਨਾਂ ਦੀ ਆਲਰਾਊਂਡ ਡਿਵੈਲਪਮੈਂਟ ਪਰਸਨੈਲਿਟੀ ਵੀ ਉਹ ਡਿਵੈਲਪ ਕਰਦਾ। ਇਸ ਕਰਕੇ ਮੇਰੇ ਮਨ 'ਚ ਭਾਵਨਾ ਸੀ ਅਤੇ ਅੱਜ ਵੀ ਜਿਸਨੇ ਵੀ ਬੱਚੇ ਪੜ੍ਹ ਕੇ ਗਏ ਆ ਬੜੀ ਬੜੀ ਅੱਛੀਆਂ ਅੱਛੀਆਂ ਪੋਸਟਾਂ 'ਤੇ ਲੱਗੇ ਹੋਏ ਆ ਔਰ ਅੱਜ ਵੀ ਉਹ ਬੱਚੇ ਯਾਦ ਕਰਦੇ ਆ, ਕਿਉਂਕਿ ਬੱਚਿਆਂ ਨੂੰ ਇੱਕ ਮਿੱਤਰਤਾ ਦੇ ਨਾਤੇ, ਇੱਕ ਬਾਪ ਬੇਟੇ ਦੇ ਨਾਤੇ ਉਹਨਾਂ ਨੂੰ ਸਾਰੀ ਇਹ ਸ਼ਿਕਸ਼ਾ ਦਿੱਤੀ। ਤੁਹਾਨੂੰ ਤੁਹਾਡੇ ਸਟੂਡੈਂਟਸ ਵੀ ਮਿਲਦੇ ਹੋਣਗੇ, ਅਤੇ ਕਿਵੇਂ ਦਾ ਲੱਗਦਾ ਆਪਣੇ ਸਟੂਡੈਂਟਸ ਨੂੰ ਮਿਲ ਕੇ, ਉਹਨਾਂ ਨੂੰ ਸਕਸੈਸਫੁਲ ਹੋਇਆ ਦੇਖ ਕੇ? ਸਟੂਡੈਂਟ ਜਿਹੜੇ ਸਕਸੈਸਫੁਲ ਦੇਖ ਰਹੇ ਹਾਂ, ਬਹੁਤ ਅੱਛਾ ਲੱਗਦਾ ਕਿ ਪੁਰਾਣੇ ਸਟੂਡੈਂਟ ਮਿਲਦੇ ਹੈ ਔਰ ਪਿਆਰ ਕਰਦੇ ਹੈ। ਈਵਨ ਇਹ ਕਈ ਸਟੂਡੈਂਟ ਤਾਂ ਇਸ ਤਰ੍ਹਾਂ ਵਾ 54-55 ਸਾਲ ਦੇ ਅੱਜ ਕੱਲ੍ਹ ਹੋ ਗਏ ਬੱਚੇ, ਉਹ ਜਿਹੜੇ ਪਹਿਲਾਂ ਪੜ੍ਹੇ ਸੀ 1976-77-78 ਦੇ ਵਿੱਚ, ਉਹ ਬੱਚੇ ਜਿਹੜੇ ਹੈ ਕਾਫੀ ਬੜੇ ਹੋ ਗਏ, ਲੇਕਿਨ ਉਹ ਬੜੇ ਪ੍ਰਭਾਵਿਤ ਹੁੰਦੇ ਆ ਕਿ ਸਰ ਜੀ, ਅਸੀਂ ਤਾਂ ਬਜ਼ੁਰਗ ਵੱਲ ਜਾ ਰਹੇ ਹਾਂ, ਤੁਸੀਂ ਉੱਦਾਂ ਦੇ ਉੱਦਾਂ ਸਾਡੇ ਵਾਸਤੇ ਪਏ ਹਾਂ। ਇੱਕੇ ਗੱਲ ਜਿੱਥੋਂ ਮੈਂ ਜਾਂਦਾ, ਹਰ ਸਟੂਡੈਂਟ ਮੈਨੂੰ ਇਹੀ ਕਹਿੰਦਾ। ਬਿਲਕੁਲ ਸਰ, ਤੁਹਾਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਤੁਹਾਡੀ ਏਜ ਕਿੰਨੀ ਹੋਗੀ। ਬਿਲਕੁਲ, ਤੁਸੀਂ ਐਂ ਲੱਗਦੇ ਹੋ ਹਜੇ ਵੀ ਵਰਕਿੰਗ ਹੋਵੋਗੇ, ਯੰਗ ਹੋ। ਬਿਲਕੁਲ, ਇਸ ਦਾ ਕੀ ਰਾਜ਼ ਹੈ? ਇਸ ਦਾ ਰਾਜ ਬਹੁਤ ਅੱਛਾ, ਤੁਸੀਂ ਸਵਾਲ ਕੀਤਾ ਹੈ, ਇਹਦਾ ਰਾਜ਼ ਕੀ ਹੈ ਵੀ ਤੁਸੀਂ ਉਸ ਤਰ੍ਹਾਂ ਦੇ ਪਏ ਹੋ। ਸਭ ਨਾਲ ਵੱਡੀ ਇੱਕ ਗੱਲ ਇਹ ਹੈ ਕਿ ਮੈਂ ਥੋੜ੍ਹਾ ਜਿਹਾ ਧਾਰਮਿਕ ਬਹੁਤ ਜ਼ਿਆਦਾ ਹਾਂ, ਫਰਾਮ ਦਾ ਵੈਰੀ ਬਿਗਿਨਿੰਗ ਆਫ ਮਾਈ ਲਾਈਫ। 1967 ਤੋਂ ਬਸ ਭਗਵਤੀ ਮਹਾਰਾਣੀ ਨਾਲ ਮੈਨੂੰ ਪਿਆਰ ਪੈ ਗਿਆ ਸੀ,
ਮੈਂ ਉਸ ਤੋਂ ਬਾਅਦ ਜ਼ਿਆਦਾ ਮੈਂ ਧਾਰਮਿਕ ਹੋਣ ਦੇ ਨਾਤੇ ਜਾਣ ਕੇ ਪੂਜਾ ਪਾਠ ਭਗਤੀ ਮੈਂ ਜ਼ਿਆਦਾ ਕਰਦਾ। ਅਤੇ ਸਾਡੇ ਇਲਾਕੇ ਦੇ ਵਿੱਚ ਇੱਕ ਇਸ ਕਰਕੇ ਮੰਦਰ ਵੀ ਬਣਾਇਆ ਹੋਇਆ, ਇੱਥੇ ਮੰਦਰ ਹੈ ਨਹੀਂ ਸੀ, ਲੋਕਾਂ ਨੇ ਪ੍ਰੇਰਨਾ ਦਿੱਤੀ, ਇੱਕ ਮਾਤਾ ਜੀ ਆਏ ਸਾਡੇ ਇੱਥੇ ਇਲਾਕੇ 'ਚ ਹੈ ਨਹੀਂ ਮੰਦਰ ਕੋਈ, ਸਾਨੂੰ ਤੁਸੀਂ ਮੰਦਰ ਬਣਾ ਕੇ ਦਿਓ। ਮੈਂ ਕਿਹਾ ਨਹੀਂ, ਤੁਸੀਂ ਮੇਰੇ ਕੋਲ ਵੈਸੇ ਦਹਾਂ ਲੈ ਲਓ, ਮੈਂ ਇਸ ਕੰਮ 'ਚ ਪੈਣਾ ਨਹੀਂ ਚਾਹੁੰਦਾ। ਉਹ ਕਹਿੰਦੇ ਨਹੀਂ, ਮੈਨੂੰ ਸੁਖਣਾ ਆਇਆ ਭਗਵਤੀ ਦਾ, ਅਤੇ ਇਸ ਕਰਕੇ ਬਸ ਉਹ ਸਮਝੋ ਭਗਤੀ ਦੀ ਪ੍ਰੇਰਨਾ ਲਾ ਲਓ ਇੱਕ ਭਗਵਾਨ ਦਾ। ਇੱਕ ਦੂਸਰਾ ਇਹ ਕਿ ਹਰਦਮ ਆਪਣੇ ਆਪ ਨੂੰ ਖੁਸ਼ ਰੱਖਣਾ। ਸਰ ਇੱਕ ਚੀਜ਼ ਬਹੁਤ ਅੱਛੀ ਮੈਨੂੰ ਦੇਖਣ ਨੂੰ ਮਿਲੀ ਕਿ ਜਦੋਂ ਕੋਈ ਕੁਛ ਅਚੀਵ ਕਰ ਲੈਂਦਾ ਨਾ ਤਾਂ ਉਸਦੇ ਵਿੱਚ ਇੱਕ ਘਮੰਡ, ਇੱਕ ਪ੍ਰਾਊਡ ਆ ਜਾਂਦਾ, ਅਤੇ ਉਹ ਤੁਹਾਡੇ ਵਿੱਚ ਬਿਲਕੁਲ ਵੀ ਨਹੀਂ ਹੈ, ਕਿਉਂਕਿ ਨੈਸ਼ਨਲ ਅਵਾਰਡ ਜਿੱਤਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ, ਹਰ ਕੋਈ ਨਹੀਂ ਨੈਸ਼ਨਲ ਅਵਾਰਡ ਅਚੀਵ ਕਰ ਸਕਦਾ। ਤੁਸੀਂ ਉਸਨੂੰ ਅਚੀਵ ਕੀਤਾ ਔਰ ਬਿਲਕੁਲ ਵੀ ਪ੍ਰਾਊਡ ਹੀ ਨਹੀਂ ਹੋ, ਬਿਲਕੁਲ ਵੀ ਘਮੰਡ ਨਹੀਂ ਹੈ ਤੁਹਾਡੇ ਵਿੱਚ, ਇਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਬੇਟਾ, ਇਹ ਤਾਂ ਨਾ ਆਪਣੇ ਤੁਸੀਂ ਮਿਹਨਤ ਕੀਤੀ, ਤੁਹਾਨੂੰ ਅਵਾਰਡ ਮਿਲਿਆ। ਜੇ ਆਪਣੇ 'ਚ ਘਮੰਡ ਆ ਜਾਵੇ ਤਾਂ ਫਿਰ ਉਸ ਚੀਜ਼ ਦਾ ਲੈਣ ਦਾ ਕੋਈ ਫਾਇਦਾ ਨਹੀਂ, ਚੀਜ਼ ਉਸਦਾ ਹੀ ਫਾਇਦਾ ਵਾ। ਵੀ ਅਗਰ ਤੁਹਾਨੂੰ ਪਰਮਾਤਮਾ ਨੇ ਤੁਸੀਂ ਨਾਲ ਲੈ ਕੇ ਚੱਲੇ, ਤੁਸੀਂ ਆਪਣੀ ਮਿਹਨਤ ਕੀਤੀ, ਮਿਹਨਤ ਦੇ ਸਦਕੇ ਦੇ ਨਾਲ ਤੁਹਾਨੂੰ ਕੁਛ ਮਿਲਿਆ, ਤਾਂ ਤੁਹਾਡੇ ਘਮੰਡ ਨਹੀਂ ਆਉਣਾ ਚਾਹੀਦਾ, ਕਿਉਂਕਿ ਪ੍ਰਾਈਡ ਹੱਥ ਫਲ ਅਭਿਮਾਨੀ ਦਾ ਸਿਰ ਤਾਂ ਨੀਚਾ ਹੋ ਜਾਂਦਾ। ਜੇ ਆਪਾਂ ਅਭਿਮਾਨ ਕਰਾਂਗੇ ਤਾਂ ਜਿਹੜੇ ਈਸ਼ਵਰ ਨੇ ਸਾਨੂੰ ਇੰਨਾ ਕੁਛ ਦਿੱਤਾ ਵਾ, ਅਸੀਂ ਉਹ ਕਿਸ ਟਾਈਮ ਤੱਕ ਅਸੀਂ ਖੋ ਵੀ ਸਕਦੇ ਹਾਂ। ਇਹ ਅਚੀਵਮੈਂਟਸ ਐਸੀਆਂ ਹੁੰਦੀਆਂ ਕਿ ਯੁਗਾ ਯੁਗਾਂਤਰ ਤੱਕ ਨਾਲ ਚੱਲਦੀਆਂ। ਇਹਨਾਂ ਨੂੰ ਪ੍ਰੇਰਨਾ ਮੇਰੇ ਬੱਚਿਆਂ ਨੂੰ ਮਿਲੇਗੀ, ਉਸ ਤੋਂ ਬਾਅਦ ਮੇਰੇ ਪੋਤਿਆਂ ਨੂੰ ਪ੍ਰੇਰਨਾ ਮਿਲੇਗੀ, ਫੈਮਿਲੀ 'ਚ ਕਿਸੇ ਨੂੰ ਨੈਸ਼ਨਲ ਅਵਾਰਡ ਮਿਲੇ, ਔਰ ਉਸ ਤੋਂ ਬਾਅਦ ਸ਼ਹਿਰ ਦੇ ਜਿਹੜੇ ਹੋਰ ਮੇਰੇ ਸਟੂਡੈਂਟ ਹੈ ਉਹਨਾਂ ਨੂੰ ਵੀ ਪ੍ਰੇਰਨਾ ਮਿਲੇਗੀ। ਮੰਨ ਲਓ ਕੋਈ ਕੱਲ੍ਹ ਨੂੰ ਕੋਈ ਟੀਚਰ ਲਾਈਨ 'ਚ ਜਾਂਦਾ, ਮੇਰਾ ਸਟੂਡੈਂਟ ਪੜ੍ਹਿਆ, ਕਈ ਸਟੂਡੈਂਟ ਗਏ ਹੋਏ ਆ, 25-50 ਸਟੂਡੈਂਟ ਤਾਂ ਇਸ ਟਾਈਮ ਵਕੀਲ ਹੈਗੇ ਆ, ਇਹਦੇ ਸਟੂਡੈਂਟ ਮੇਰੇ ਟੀਚਰ ਵੀ ਹੈ, ਆ ਦੇਖੋ ਕੋਈ ਮੈਡੀਕਲ ਦੇ ਲਾਈਨ ਦੇ ਵਿੱਚ ਹੈ, ਸਿਵਲ ਹਸਪਤਾਲ 'ਚ ਡਾਕਟਰ ਹੈ, MBBS MS ਡਾਕਟਰ ਦਵਿੰਦਰ ਜੀ, ਉਹ ਵੀ ਸਾਡੇ ਸਟੂਡੈਂਟ ਆ, ਜੈਨ ਸਕੂਲ ਦੇਖੋ ਪੜ੍ਹੇ ਹੋਏ। ਇਸ ਤਰ੍ਹਾਂ ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਵੀ ਸਾਡੇ ਟੀਚਰ ਹੈ, ਕਿ ਅਸੀਂ ਵੀ ਇੱਦਾਂ ਅੱਗੇ ਵਧੀਏ। ਬਸ ਕਦੀ ਵੀ ਅਭਿਮਾਨ ਨਾਲ ਕੰਮ ਕੋਈ ਵੀ ਨਹੀਂ ਕਰਨਾ ਚਾਹੀਦਾ, ਜਿੰਨੀ ਤੁਸੀਂ ਨਮਰਤਾ ਨਾਲ ਕਰੋਗੇ, ਸ਼ਲੀਨਤਾ ਨਾਲ ਕਰੋਗੇ, ਪ੍ਰੇਮ ਨਾਲ ਕਰੋਗੇ, ਸਹਾਨੁਭੂਤੀ ਨਾਲ ਕਰੋਗੇ, ਉਹਨਾਂ ਤੁਹਾਨੂੰ ਬਹੁਤ ਹੀ ਜੀਵਨ 'ਚ ਲਾਭ ਹੋਏ। ਟੀਚਰ ਹੋਣ ਦੇ ਨਾਤੇ ਜੋ ਇਸ ਟਾਈਮ ਆਪਣੇ ਦੇਸ਼ ਦਾ ਮਾਹੌਲ ਚੱਲ ਰਿਹਾ, ਉਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਮਤਲਬ ਇੱਕ ਪਾਸੇ ਕਰੋਨਾ ਦੀ ਮਹਾਂਮਾਰੀ ਦਾ ਜੋ ਦੌਰ ਚੱਲ ਰਿਹਾ, ਦੂਜੇ ਪਾਸੇ ਦੇਖਿਆ ਜਾਵੇ ਤਾਂ ਕਿਸਾਨ ਧਰਨੇ 'ਤੇ ਬੈਠੇ ਨੇ, ਅਤੇ ਜੋ ਕਿ ਕੇਂਦਰ ਸਰਕਾਰ ਉਹਨਾਂ ਨੂੰ ਕੋਈ ਰਿਸਪੋਂਸ ਨਹੀਂ ਦੇ ਰਹੀ, ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਕਿ ਆਪਣੇ ਦੇਸ਼ ਦਾ ਮਾਹੌਲ ਇਸ ਟਾਈਮ ਕਾਫੀ ਖਰਾਬ ਚੱਲ ਰਿਹਾ, ਉਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਕਰੋਨਾ ਦੀ ਮਹਾਂਮਾਰੀ ਦੇ ਵਾਸਤੇ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਪਿਛਲੇ ਸਾਲ ਸ਼ੁਰੂ ਹੋਇਆ ਸੀ ਵੀ ਆਪਾਂ ਨੂੰ ਗੌਰਮੈਂਟ ਦੀਆਂ ਗਾਈਡਲਾਈਨਾਂ ਪਾਲਣਾ ਕਰਨੀਆਂ ਚਾਹੀਦੀਆਂ, ਸਾਨੂੰ ਆਪਣੇ ਆਪ ਨੂੰ ਆਪਣਾ ਸੁਰੱਖਿਅਤ ਔਰ ਸੇਫ ਵੀ ਕਰਨਾ ਚਾਹੀਦਾ ਵਾ। ਅਗਰ ਅਸੀਂ ਸੁਰੱਖਿਅਤ ਔਰ ਸੇਫ ਹੈ ਤਾਂ ਅਸੀਂ ਦੂਜਿਆਂ ਨੂੰ ਵੀ ਰੱਖ ਸਕਦੇ ਹਾਂ, ਨੰਬਰ ਇੱਕ। ਦੂਸਰਾ ਗੱਲ ਇਹ ਹੈ ਕਿ ਔਨਲਾਈਨ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ, ਜੋ ਮੇਰਾ ਐਕਸਪੀਰੀਅੰਸ ਹੈ, ਆਪਣਾ ਮੇਰਾ ਐਕਸਪੀਰੀਅੰਸ, ਮਾਈ ਸੈਲਫ ਐਕਸਪੀਰੀਅੰਸ ਹੈ, ਔਨਲਾਈਨ ਦੀ ਪੜ੍ਹਾਈ ਜਿਹੜੀ ਹੈ ਉਹ ਬੱਚੇ ਇੰਨਾ ਨਹੀਂ ਸਿੱਖ ਪਾਉਂਦੇ। ਸਰ ਮੈਂ ਵੀ ਆਪਣੀ ਜੋ ਸਟੱਡੀ ਕੰਪਲੀਟ ਕੀਤੀ ਹੈ ਉਹ ਔਨਲਾਈਨ ਹੀ ਕੀਤੀ ਹੈ, ਤਾਂ ਮੇਰਾ ਵੀ ਇਹੀ ਐਕਸਪੀਰੀਅੰਸ ਹੈ ਕਿ ਸਿੱਖਣ ਨੂੰ ਸ਼ਾਇਦ ਬਹੁਤ ਘੱਟ ਹੁੰਦਾ ਔਨਲਾਈਨ ਸਟੱਡੀ ਦੇ ਵਿੱਚ। ਟੀਚਰ ਨੇ ਬੋਲਣਾ, ਤੁਸੀਂ ਉਹਨੂੰ ਫੋਲੋ ਕਰਨਾ, ਨਾਲ ਉਹਨੇ ਹੋਰ ਚੀਜ਼ਾਂ ਬਥੇਰੀਆਂ ਦੱਸਣੀਆਂ ਪੜ੍ਹਾਈ ਦੇ ਨਾਲ ਨਾਲ। ਔਨਲਾਈਨ ਦੇ ਉੱਪਰ ਤੁਸੀਂ ਸਬਜੈਕਟ ਮੈਟਰ ਤੱਕ ਹੀ ਰਹਿ ਗਏ, ਟੀਚਰ ਵੀ ਕਹਿੰਦਾ ਕਿ ਮੈਂ ਜਲਦੀ ਜਲਦੀ ਆਪਣਾ ਇਹ ਕੰਮ ਖਤਮ ਕਰ ਦੇਵਾਂ। ਅਤੇ ਮੈਂ ਤਾਂ ਇਹ ਬਸ ਮੇਰਾ ਇਹ ਹੈ ਕਿ ਦੇਸ਼ ਦਾ ਠੀਕ ਹੈ, ਇਸ ਟਾਈਮ ਮਾਹੌਲ ਖਰਾਬ ਹੈ ਬਿਮਾਰੀ ਕਰਕੇ, ਇਹ ਭਾਰਤ ਇੱਕ ਸੋਨੇ ਦੀ ਚਿੜੀ ਆ, ਇੱਥੇ ਲੋਕ ਮਿਹਨਤੀ ਆ, ਬੜੇ ਪੁਰਸ਼ਾਰਥ ਹੈ, ਬੜਾ ਮਿਹਨਤ ਕਰਦੇ ਆ, ਸਾਡੇ ਕਿਸਾਨ ਵੀ ਬੜੀ ਮਿਹਨਤ ਕਰਦੇ ਆ, ਕਿਉਂਕਿ ਉਹ ਧਰਤੀ 'ਚ ਉਹੀ ਸਭ ਕੁਛ ਅੰਨ ਪੈਦਾ ਕਰਦੇ ਆ ਅਤੇ ਸਭ ਨੂੰ ਖਾਣ ਵਾਸਤੇ ਦਿੰਦੇ ਆ, ਸਾਡੇ ਉਹ ਅੰਨਦਾਤਾ ਵਾ। ਮੈਂ ਇਹ ਕਹਾਂਗਾ ਵੀ ਚਾਹੇ ਸਰਕਾਰ ਕਿਸੇ ਦੀ ਵੀ ਹੈ, ਕੋਈ ਵੀ ਹੈ, ਜੇ ਕਾਨੂੰਨ ਬਹੁਤ ਅੱਛੇ ਹੈ ਤਾਂ ਕਮ ਸੇ ਕਮ ਉਹਨਾਂ ਨੂੰ ਬੈਠ ਕੇ ਉਹਨਾਂ ਦੀ ਲੀਡਰਾਂ ਨੂੰ ਸਮਝਾਇਆ ਜਾਵੇ, ਕਿਸਾਨਾਂ ਦੀ ਲੀਡਰਾਂ ਨੂੰ, ਕਿਉਂਕਿ ਦੇਸ਼ ਦੇ ਵਿੱਚ ਹੋਰ ਜ਼ਿਆਦਾ ਵਾਤਾਵਰਨ ਖਰਾਬ ਨਹੀਂ ਹੋਣਾ ਚਾਹੀਦਾ। ਅਗਰ ਦੇਸ਼ ਖੁਸ਼ਹਾਲ ਹੈ ਤਾਂ ਵਾਤਾਵਰਨ ਵੀ ਖੁਸ਼ਹਾਲ ਹੀ ਹੋਣਾ ਚਾਹੀਦਾ, ਖੁਸ਼ਹਾਲ ਦੇ ਵਿੱਚ ਅਸੀਂ ਜ਼ਿਆਦਾ ਤਰੱਕੀ ਕਰਾਂਗੇ। ਦੂਜੀ ਜਿਹੜੇ ਬੱਚਿਆਂ ਦੀ ਪੜ੍ਹਾਈ ਹੈ, ਮੈਂ ਕਹਿੰਦਾ ਵੀ ਵਾਤਾਵਰਨ ਅੱਛੀ ਤਰ੍ਹਾਂ ਠੀਕ ਹੋ ਜਾਵੇ ਔਰ ਜਿਹੜੀ ਬਿਮਾਰੀ ਜਿਹੜੀ ਹੈ ਪਰਮਾਤਮਾ ਇਸ ਨੂੰ ਦੂਰ ਕਰੇ, ਜਿਸ ਤਰ੍ਹਾਂ ਦੇਸ਼ ਪਹਿਲਾਂ ਚੱਲਦਾ ਸੀ ਉਸ ਤੋਂ ਜ਼ਿਆਦਾ ਉੱਨਤੀ ਨਾਲ ਚੱਲੇ, ਔਰ ਬੱਚਿਆਂ ਦੀ ਪੜ੍ਹਾਈ ਸਕੂਲਾਂ 'ਚ ਜੋ ਰੈਗੂਲਰ ਹੋ ਸਕਦੀ ਹੈ ਉਹ ਘਰ ਬੈਠ ਕੇ ਨਹੀਂ ਹੋ ਸਕਦੀ। ਘਰ ਬੱਚਿਆਂ ਦੇ ਜਿਹੜੇ ਇਸ ਟਾਈਮ ਦਿਮਾਗ ਆ ਉਹ ਨਿਡਲ ਹੋ ਜਾਣਗੇ, ਬੇਕਾਰ ਹੋ ਜਾਣਗੇ, ਕਿਉਂਕਿ ਖਾਲੀ ਦਿਮਾਗ ਸ਼ਰਾਰਤਾਂ ਵੱਲ ਵੀ ਜਾਏਗਾ। ਤਰੀਕੇ ਨਾਲ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਜੋ ਇੰਡੀਆ ਦਾ ਇਨਵਾਇਰਮੈਂਟ ਹੈ, ਜੋ ਇੰਡੀਆ ਦਾ ਮਾਹੌਲ ਹੈ, ਉਸਨੂੰ ਅੱਛਾ ਕੀਤਾ ਜਾਵੇ? ਕਿਉਂਕਿ ਤੁਸੀਂ ਇੱਕ ਟੀਚਰ ਹੋ ਤਾਂ ਤੁਹਾਡੇ ਕੋਲ ਕਾਫੀ ਐਕਸਪੀਰੀਅੰਸ ਹੋਏਗਾ, ਤੁਸੀਂ ਯੂਥ ਨੂੰ ਸਮਝਦੇ ਹੋ, ਕੀ ਕੀਤਾ ਜਾਵੇ ਕਿ ਜੋ ਇੰਡੀਆ ਦਾ ਇਨਵਾਇਰਮੈਂਟ ਹੈ ਉਹ ਫੋਰਨ ਕੰਟਰੀਜ਼ ਦੀ ਤਰ੍ਹਾਂ ਬਹੁਤ ਹੀ ਅੱਛਾ ਹੋ ਸਕੇ? ਵੈਸੇ ਤਾਂ ਅੱਗੇ ਨੂੰ ਸਾਡੇ ਦੇਸ਼ 'ਚ ਕਾਫੀ ਡਿਵੈਲਪਮੈਂਟ ਅੱਛੀ ਹੋ ਰਹੀ ਹੈ,
मैं फॉरन जाने का भी 5-6 जगह पर मौका मिले। मैं इंग्लैंड भी 2 बारी गया, अमेरिका भी गया है, सिंगापुर भी, मलेशिया भी, दुबई भी और थाईलैंड भी 2 बारी जाने का मौका मिले व्यापारी के नाल, एक दोस्त के नाल। तो मैं ये कहांगा भी तुसी जिदा उत्थे डिवेलपमेंट है, साढ़े भी इतने हूँ होनी शुरू हो गई काफ़ी। देखो किसी टाइम तो साढ़े सिंगल सड़क होंगे सी, रोड डिवेलपमेंट इन्ना है नहीं, रेल डिवेलपमेंट इन्ना है नहीं, हूँ साढ़े काफ़ी डिवेलपमेंट हो रही है, अगे अगे होर भी बढ़ रही है। इस तरह लगता आने वाला टाइम जरा वा, जिस तरह डिवेलपमेंट चल रही है, प्रोग्रेस असं उन्नति कर रहे हैं, भी एक दिन भारत यानी कि पूरे विश्व में लीड करने वाला बनेगा। आई होप ये चीज़ बहुत जल्दी देखने को मिले। तो सर कोई एक छोटा जा मैसेज साढ़े व्यूअर्स नू, क्योंकि एक टीचर तो जो भी सीखने को मिलता है वो हमेशा थोड़ा ही होंगे, तो असं भी चाहवागे कि सानू थोड़े तो कुछ सीखने को मिले। बस मेरा यही संदेश है सबनों भी, तुहानू भी अपने जीवन के जिन्ने चिर प्रभु ने जीवन दिता, जिन्ने चिर तुसी काम कर सकते हो, कभी हार नहीं मननी, कभी निराश नहीं होना। जे आप निराश होने थोड़े चिर वास्ते अपने मन दूजे पासे लै जाओ, उसका निराश का कारण लभो भी क्यों होया, कोई गलती हो जाती है भी दोबारा गलती ना हो, दोबारा गलती ना हो भी मैं गलती क्यों हो गई, मेरे कोई गलती अनजाने भी किसल हो जाती है, किसी की गलती जानबूझ के भी की जा सकती दिती जाती है, जिहड़ी गलती आप जानबूझ के करते हैं वो गलती दोबारा भी फिर होएगी, जिहड़ी अनजाने हुंदी है वो कभी दोबारा नहीं होएगी, क्योंकि वो याद हुंदा कि मेरे को यह गलती अचानक हो गई सी। इस करके असी अपनी जीवन नूं अच्छा बनाने वास्ते सानू खूब मेहनत करनी चाहिए है, मेहनत नाल ही सफलता प्राप्त होंगी है, क्योंकि हार्डवर्क इज़ द की टू सक्सैस। तो इस करके जिनी तुसी मेहनत कर सकते हो, सवेरे जल्दी उठो, अस तो बच्चों भी सिखाते होंगे सी, अर्ली टू बैड अर्ली टू राइज आ मेक से मैन हैल्दी वैल्दी एंड वाइस। ये चीज़ा ताही आन गई जे असी अपने आप ठीक रखांगे। दूजा सानू नशे तो दूर बच्चों होना चाहिए वा, तंबाकू इत्यादि सिगरट बिल्कुल नहीं यूज़ करनी चाहिए। खाने वास्ते सानू इन्ने 36 प्रसाद भगवान ने बहुत कुछ दिता होया, जिन्ना कुछ असी खा सकते उस हिसाब से सानू खाना चाहिए है, और अपनी सेहत को अच्छा रखिए, अपने अच्छे जीवन को बनाइए, क्योंकि ये जीवन बार बार नहीं मिलता, धरती तो तुम आए हो, बार बार जीवन नहीं मिलता, यानी कि ऐसा कुछ काम करके जाओ भी अपना नाम रोशन हो, भी कुछ कर गया, अपने वास्ते भी करो, परिवार वास्ते भी करो, देश वास्ते भी करो। जे असी खुशहाल हैं साडा देश भी खुशहाल है, जे असी खुशहाल है नहीं तो साडा भी देश भी इन्नी उन्नति नहीं करेगा। देश की उन्नति वास्ते युवा वर्ग नूं अगे आना चाहिए, युवा वर्ग अपने तन मन धन दे नाल देश की सेवा करे, अपने जिथे वो काम करता उस काम नूं पूजा समझ के उस काम की होर बढ़ोतरी करे। तो यह की असी डॉक्टर मोहन लाल पाठक जी नाल गल, जिन्होंने सानू काफ़ी कुछ दसिया, तो काफ़ी चीज़ों इंस्पायर किया, नशे तो दूर रहने लिए क्या, जल्दी उठन लिए क्या, देश की सेवा करन लिए क्या, तो होर भी बहुत तरीके नाल सानू मोटिवेट किया। तो इसी दे नाल कैमरामैन जसविंदर दे नाल मैं एकता सिंगला थोड़े तो विदा लिंदे हां, धन्यवाद।